आम आदमी पार्टी वालों धूरी मार्केट कमेटी की चेयरमैनी राजवंत सिंह कुली नूं सौंपी गई है। राजवंत सिंह कुली की ताजपोशी मौके आम आदमी पार्टी के पंजाब के मुख्यमंत्री भगवंत मान के माता कैबिनेट मंत्री अते संगरूर तो विधायक नरेंद्र कौर पराज अते नाभा के विधायक भी विशेष तौर पर शामिल हुए। इस मौके राजवंत सिंह कुली ने कहा कि पार्टी ने उन्होंने जो जिम्मेवारी दिती है वह उसनू तनदेही नाल निभाउणगे अते धूरी मंडी विच जेकर किसी किसान मजदूर या आड़तियां नू कोई समस्या आउंदी है उसका भी पहल के आधार से हल करनगे। इस मौके हाजर आप आगुआ ने राजवंत सिंह कुली नू उन्हां दी ताजपोशी ते बधाई दित्ती। ਧੰਨਵਾਦ ਕਰਦੇ ਆ ਭਾਈ ਮਹਾਰਾਜ ਦਾ ਧੰਨਵਾਦ ਕਰਦੇ ਆ ਹਰੇਕ ਨੂੰ ਇਹਦੀ ਚੇਅਰਮੈਨੀ ਦੀਆਂ ਕੁਰਸੀਆਂ ਦੇਈ ਚੱਲੀ ਹਰੇਕ ਨੂੰ ਮੁੱਖ ਮੰਤਰੀ ਬਣਾਈ ਜਾਂਦੀ ਇੱਥੇ ਅਸੀਂ ਧੰਨਵਾਦ ਕਹਿੰਦੇ ਆ ਭਾਈ ਮੇਰੇ ਬੇਟੇ ਨੂੰ ਮਤਾ ਕੁਰਸੀ ਦੇ ਬਹਾਵਾ ਠੀਕ ਹੈ ਹਾਂਜੀ ਸਭ ਤੋਂ ਪਹਿਲਾਂ ਮੈਂ ਧੰਨਵਾਦ ਕਰਦਾ ਸਾਡੇ ਮਾਨਸਾ ਜੋ ਮੁੱਖ ਮੰਤਰੀ ਪੰਜਾਬ ਦੇ ਨੇ ਤੇ ਸਾਡੇ ਸਮੁੱਚੀ ਜਿਹੜੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਹੈ ਕਿ ਜਿਨ੍ਹਾਂ ਨੇ ਮੈਨੂੰ ਇੱਕ ਜ਼ਿੰਮੇਵਾਰੀ ਦਿੱਤੀ ਹੈ ਧੂਰੀ ਮਾਰਕੀਟ ਕਮੇਟੀ ਦੀ ਪਰ ਮੈਂ ਯਕੀਨ ਦਿਵਾਉਂਦਾ ਸਾਡੀ ਸਮੁੱਚੀ ਪਾਰਟੀ ਨੂੰ ਮਾਨ ਸਾਹਿਬ ਨੂੰ ਕਿ ਮੈਂ ਇਮਾਨਦਾਰੀ ਅਤੇ ਤਨਦੇਹੀ ਨਾਲ ਕੰਮ ਕਰੂੰਗਾ ਔਰ ਜੋ ਵੀ ਧੂਰੀ ਦੀਆਂ ਮੰਡੀਆਂ ਦੀ ਮੁਸ਼ਕਲ ਹੈ ਭਾਵੇਂ ਉਹ ਕਿਸਾਨ ਹੋਣ ਭਾਵੇਂ ਆੜਤੀ ਭਰਾ ਹੋਣ ਭਾਵੇਂ ਮਜ਼ਦੂਰ ਹੋਣ ਭਾਵੇਂ ਕੋਈ ਟਰੱਕਾਂ ਵਾਲੇ ਹੋਣ ਜਿਸ ਤਰ੍ਹਾਂ ਦੀ ਕੋਈ ਵੀ ਮੰਡੀਆਂ ਦੇ ਵਿੱਚ ਕਮੀ ਹੈ ਅਸੀਂ ਪਹਿਲ ਦੇ ਆਧਾਰ 'ਤੇ ਪੂਰੀ ਕਰਾਂਗੇ ਕਿਉਂਕਿ ਇਸ ਤੋਂ ਪਹਿਲਾਂ ਜਿਹੜੀਆਂ ਵੀ ਮੰਡੀਆਂ ਦੇ ਕੰਮ ਹੋਏ ਨੇ ਦੋ ਸਰਕਾਰਾਂ ਨੇ ਉਹ ਸਿਰਫ ਕਮਿਸ਼ਨਾਂ ਦਾ ਹੀ ਪੈਸਾ ਗਿਆ ਹੈ ਪਰ ਉਹ ਅਸੀਂ ਕਮਿਸ਼ਨ ਜਿਹੜਾ ਸਿਸਟਮ ਹੈ ਉਹਨੂੰ ਬੰਦ ਕਰਕੇ ਸਰਕਾਰ ਦਾ ਜਾਂ ਲੋਕਾਂ ਦਾ ਪੈਸਾ ਇੱਕ ਇੱਕ ਪੈਸਾ ਅਸੀਂ ਜਿਸ ਕੰਮ ਲਈ ਦਿੱਤਾ ਜਾਊਗਾ ਉਸ ਕੰਮ 'ਤੇ ਲਗਾਵਾਂਗੇ ਇਸ ਕਰਨ ਦੀ ਮੈਂ ਪੂਰੀ ਜ਼ਿੰਮੇਵਾਰੀ ਨਿਭਾਉਂਗਾ। ਹੁਣ ਤੁਸੀਂ ਦੇਖਿਆ ਉਹ ਮੰਡੀ ਦਾ ਕਿਸ ਤਰ੍ਹਾਂ ਚੱਲ ਰਿਹਾ ਕੰਮ ਹੁਣ ਵੀ ਤੁਸੀਂ ਚਾਹੁੰਦੇ ਰਹੇ ਹੋ ਮੰਡੀਆਂ ਦੇ ਵਿੱਚ ਮੰਡੀਆਂ ਦਾ ਫਿਲਹਾਲ ਕੰਮ ਠੀਕ ਚੱਲ ਰਿਹਾ ਬੋਲੀ ਠੀਕ ਲੱਗ ਰਹੀ ਹੈ ਲਿਫਟਿੰਗ ਹੋ ਰਹੀ ਹੈ ਪੇਮੈਂਟ ਆ ਰਹੀਆਂ ਨੇ ਇਸ ਤੋਂ ਪਹਿਲਾਂ ਮੈਂ ਤੁਹਾਨੂੰ ਉਹ ਵੀ ਦੱਸਣਾ ਚਾਹੁੰਦਾ ਕਿ 3,60,000 ਰੁਪਏ ਦਾ ਜਿਹੜਾ ਮੰਡੀ ਦੇ ਧੂਰੀ ਦੀਆਂ ਮੰਡੀਆਂ ਦਾ ਕੰਮ ਹੈ ਟੈਂਡਰ ਉਹਨਾਂ ਦੇ ਲੱਖ ਜੋ ਕੰਮ ਅਧੂਰੇ ਸੀ ਉਹਨਾਂ ਵਾਸਤੇ ਸਰਕਾਰ ਨੇ ਦਿੱਤਾ ਉਹ ਵੀ ਕੰਮ ਸੀਜ਼ਨ ਤੋਂ ਬਾਅਦ ਸ਼ੁਰੂ ਹੋ ਜਾਣਗੇ ਔਰ ਜੋ ਸੀਜ਼ਨ ਦਾ ਕੰਮ ਹੈ ਉਹ ਵੀ ਅੱਛੇ ਤਰੀਕੇ ਨਾਲ ਕਰਨਗੇ। ਚੇਅਰਮੈਨ ਸਾਹਿਬ ਮੰਡੀ ਦੀਆਂ ਕੋਈ ਸਮੱਸਿਆ ਜਾਂ ਬਾਉਂਡਰੀ ਦੀ ਹੈਗੀ ਆ ਡੰਗਰ ਪਸ਼ੂ ਵਾਹਵਾ ਫਿਰਦੇ ਨੇ ਉਹਨਾਂ ਲਈ ਆਪਾਂ ਕੀ ਕਰਾਂਗੇ ਹੁਣ? ਦੇਖੋ ਇੱਕ ਇੱਕ ਕਰਕੇ ਹਰ ਅਸੀਂ ਜਿਹੜੀ ਮੁਸ਼ਕਲ ਹੈ ਉਹਨੂੰ ਠੀਕ ਕਰਾਂਗੇ। ਕਿਸਾਨ ਦੀ ਫਸਲ ਖਰਾਬ ਹੋ ਜਾਂਦੀ ਹੈ ਜਿਵੇਂ ਮੰਡੀਆਂ ਦੇ ਵਿੱਚ ਡੰਗਰ ਪਸ਼ੂ ਆਵਾਰਾ ਬਹੁਤ ਜ਼ਿਆਦਾ ਫਿਰਦੇ ਨੇ ਇਹਦਾ ਬਾਉਂਡਰੀ ਦਾ ਕਾਫੀ ਦੇਰ ਦੀ ਲੋੜ ਆ ਮੰਡੀ ਨੂੰ। ਦੇਖੋ ਮੈਨੂੰ ਅਜੇ ਅੱਜ ਹੀ ਮੈਂ ਸੰਭਾਲਿਆ ਉਹਦਾ ਔਰ ਅਸੀਂ ਇੱਕ ਇੱਕ ਕਰਕੇ ਜਿਹੜੀ ਮੁਸ਼ਕਲ ਮੰਡੀ ਦੀ ਉਹ ਦੇਖਾਂਗੇ ਭਾਵੇਂ ਪਸ਼ੂਆਂ ਦੀ ਹੋਵੇ ਭਾਵੇਂ ਕੋਈ ਚੋਰੀ ਦਾ ਮਸਲਾ ਸਾਰੇ ਹੱਲ ਕਰਾਂਗੇ। ਅੱਜ ਦਾ ਦਿਨ ਧੂਰੀ ਹਲਕੇ ਲਈ ਬੜਾ ਖੁਸ਼ੀ ਦਾ ਦਿਨ ਹੈ ਜੀ ਕਿਉਂਕਿ ਧੂਰੀ ਹਲਕਾ ਉਹ ਹੈ ਜਿੱਥੋਂ ਦੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਭਗਵੰਤ ਸਿੰਘ ਮਾਨ ਨੇ ਔਰ ਉਹਨਾਂ ਨੇ ਅੱਜ ਜਿਹੜਾ ਫੈਸਲਾ ਕੀਤਾ ਹੈ ਅੱਜ ਸਾਡੇ ਚੇਅਰਮੈਨ ਰਾਜਵੰਤ ਸਿੰਘ ਜੀ ਨੂੰ ਕੁਰਸੀ 'ਤੇ ਬਿਠਾਇਆ ਗਿਆ ਸਾਡੇ ਸਤਿਕਾਰਯੋਗ ਮਾਤਾ ਜੀ ਖੁਦ ਆਏ ਉਹਨਾਂ ਨੇ ਪਿਆਰ ਦਿੱਤਾ ਸਾਡੇ ਕੈਬਨਿਟ ਮੰਤਰੀ ਸਾਡਾ ਭਰਾ ਚੇਤਨ ਸਿੰਘ ਜੋੜਾਮਾਜਰਾ ਆਏ MLA ਸਾਹਿਬਾਨ ਆਏ ਸਾਰੇ ਵਰਕਰ ਸਾਹਿਬਾਨ ਆਏ ਸੋ ਅੱਜ ਬੜੀ ਖੁਸ਼ੀ ਹੈ ਔਰ ਉਮੀਦ ਹੈ ਕਿ ਆਪਾਂ ਆਉਣ ਵਾਲੇ ਸਮੇਂ 'ਚ ਜਿਵੇਂ ਮਾਨ ਸਾਹਿਬ ਦਾ ਸੁਪਨਾ ਹੈ ਕਿ ਇਮਾਨਦਾਰੀ ਨਾਲ ਸਾਰਿਆਂ ਨੇ ਲੱਗ ਕੇ ਪੰਜਾਬ ਨੂੰ ਪੰਜਾਬ ਬਣਾਉਣਾ ਹੈ। ਵੱਡੇ ਵੀਰ ਰਾਜਵੰਤ ਕੁੱਲੀ ਜਿਹੜੇ ਆਮ ਆਦਮੀ ਪਾਰਟੀ ਦੇ ਮੈਂ ਸਮਝਦਾ ਫਰੰਟੀਅਰ ਜਿਨ੍ਹਾਂ ਨੇ ਪੂਰਾ ਤਨਦੇਹੀ ਨਾਲ ਪਿਛਲੇ ਸਮੇਂ ਵਿੱਚ ਕੰਮ ਕਰਿਆ ਆਮ ਆਦਮੀ ਪਾਰਟੀ ਸਰਕਾਰ ਨੇ ਸਰਦਾਰ ਭਗਵੰਤ ਸਿੰਘ ਮਾਨ ਨੇ ਉਹਨਾਂ ਨੂੰ ਜ਼ਿੰਮੇਵਾਰੀ ਸੌਂਪੀ ਆ ਮਾਨ ਸਾਹਿਬ ਨੇ ਪੰਜਾਬ ਦੇ ਲੋਕਾਂ ਨਾਲ ਵਾਅਦਾ ਕਰਿਆ ਸੀਗਾ ਕਿ ਆਮ ਘਰਾਂ ਦੇ ਮੁੰਡਿਆਂ ਨੂੰ ਚੇਅਰਮੈਨੀਆਂ ਦੇਣੀਆਂ ਆਮ ਘਰਾਂ ਦੇ ਮੁੰਡਿਆਂ ਨੂੰ ਟਿਕਟਾਂ ਦੇਣੀਆਂ ਉਹ ਗੱਲ ਸਾਫ਼ ਕਰੀ ਆ ਜਿਹੜਾ ਵੀ ਚੇਅਰਮੈਨ ਲੱਗਦਾ ਉਹਨੂੰ ਇਹ ਨਹੀਂ ਪਤਾ ਹੁੰਦਾ ਕੋਈ ਕਿਤੇ ਹੁੰਦਾ ਕੋਈ ਕਿਤੇ ਹੁੰਦਾ ਵੀ ਸਾਨੂੰ ਚੇਅਰਮੈਨ ਲੱਗਦਾ ਨਹੀਂ ਇਹ ਸੀਟਾਂ ਪੈਸੇ ਨੇ ਵਿਕਦੀਆਂ ਹੁੰਦੀਆਂ ਸੀ ਅੱਜ ਆਮ ਘਰਾਂ ਦੇ ਮੁੰਡਿਆਂ ਨੂੰ ਚੇਅਰਮੈਨੀਆਂ ਦਿੱਤੀਆਂ ਜਾ ਰਹੀਆਂ ਅਸੀਂ ਆਪਣੇ ਵੱਲੋਂ ਹਲਕਾ ਧੂਰੀ ਵੱਲੋਂ ਸਮੁੱਚੀ ਸਾਡੀ ਆਮ ਆਦਮੀ ਪਾਰਟੀ ਟੀਮ ਵੱਲੋਂ
ਪੰਜਾਬ ਸਰਕਾਰ ਦਾ ਸਰਦਾਰ ਭਗਵੰਤ ਸਿੰਘ ਮਾਨ ਦਾ ਪ੍ਰੋਫੈਸਰ ਓਮਕਾਰ ਜੀਆਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਸਾਡੇ ਇੱਕ ਸਿਪਾਹੀ ਨੂੰ ਚੇਅਰਮੈਨ ਇਹਨਾਂ ਨਵਾਜਿਆ ਔਰ ਉਹ ਤਨਦੇਹੀ ਦੇ ਨਾਲ ਕੰਮ ਕਰਨਗੇ ਇਹਨਾਂ ਪੁਸ਼ਤਾਂ ਦਾ ਸਾਰਾ ਦਾ ਬਹੁਤ ਬਹੁਤ ਧੰਨਵਾਦ ਨਮਸਕਾਰ ਜੀ ਅੱਜ ਬਹੁਤ ਹੀ ਖੁਸ਼ੀ ਦਾ ਦਿਨ ਹੈਗਾ ਸਾਡੇ ਵਿੱਚ ਸਾਡੇ ਸਰਦਾਰ ਰਾਜਵੰਤ ਸਿੰਘ ਘੁੱਲੀ ਚੇਅਰਮੈਨ ਸਾਹਿਬ ਜਿਨ੍ਹਾਂ ਨੂੰ ਅੱਜ ਇਹ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਅਸੀਂ ਪਾਰਟੀ ਹਾਈ ਕਮਾਂਡ ਆਮ ਆਦਮੀ ਪਾਰਟੀ ਦਾ ਅਰਵਿੰਦ ਕੇਜਰੀਵਾਲ ਜੀ ਦਾ ਅਤੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਅਸੀਂ ਬਹੁਤ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਇਹਨਾਂ ਨੂੰ ਬਹੁਤ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸਰਦਾਰ ਰਾਜਵੰਤ ਸਿੰਘ ਘੁੱਲੀ ਜਿਨ੍ਹਾਂ ਨੇ ਪਾਰਟੀ ਲਈ ਬਹੁਤ ਮਿਹਨਤ ਕੀਤੀ ਹੈ ਔਰ ਸਦਾ ਹਰੇਕ ਦੇ ਨਾਲ ਜਿਸ ਤਰ੍ਹਾਂ ਦੀ ਵੀ ਕੋਈ ਜ਼ਿੰਮੇਵਾਰੀ ਮਿਲਦੀ ਰਹੀ ਹੈ ਇਹ ਕਰਦੇ ਰਹੇ ਨੇ ਸਾਡੀ ਇਹ ਬਹੁਤ ਵੱਡੀ ਮੰਡੀ ਹੈ ਧੂਰੀ ਦੀ ਮਾਰਕੀਟ ਕਮੇਟੀ ਇਹਦੇ ਆਲੇ ਦੁਆਲੇ ਸੈਂਟਰ ਨੇ ਬਹੁਤ ਸਾਰੇ ਸੋ ਜਿੰਨੀਆਂ ਵੀ ਸਮੱਸਿਆ ਹੋਣਗੀਆਂ ਔਰ ਉਹ ਪੂਰੀਆਂ ਦਾ ਪੂਰੀਆਂ ਸਾਡੇ ਚੇਅਰਮੈਨ ਸਾਹਿਬ ਠੀਕ ਕਰਨਗੇ ਅਸੀਂ ਇਹਨਾਂ ਦੇ ਨਾਲ ਹੈ ਜਿਸ ਤਰ੍ਹਾਂ ਦਾ ਵੀ ਕੋਈ ਵੀ ਕੰਮ ਹੋਊਗਾ ਹੋਊਗਾ ਜਿਹੜੀਆਂ ਵੀ ਮੰਡੀਆਂ ਦੇ ਵਿੱਚ ਕੰਮ ਹੋਣ ਵਾਲੇ ਨੇ ਉਹ ਪਹਿਲ ਦੇ ਆਧਾਰ ਤੇ ਹੋਣਗੇ ਅੱਜ ਬਹੁਤ ਮਾਣ ਸਨਮਾਨ ਮਿਲਿਆ ਬਹੁਤ ਵੱਡੀ ਗਿਣਤੀ ਦੇ ਵਿੱਚ ਜਿੱਥੇ ਇਕੱਠ ਹੋਇਆ ਔਰ ਬਹੁਤ ਖੁੱਲੇ ਭੰਡਾਰੇ ਚੱਲੇ ਨੇ ਉਰੇ ਸਾਰੇ ਸਾਡੇ ਮੰਡੀ ਦੇ 150 ਆੜ੍ਹਤੀ ਨੇਗੇ ਔਰ ਸਾਰੇ ਨੇ ਬੜੀ ਖੁਸ਼ੀ ਮਨਾਈ ਹੈ ਸਾਰੇ ਆਏ ਨੇ ਸੋ ਅਸੀਂ ਫੇਰ ਇੱਕ ਵਾਰੀ ਧੰਨਵਾਦ ਕਰਦੇ ਹਾਂ ਔਰ ਸ਼ੁਕਰ ਕਰਦੇ ਹਾਂ ਉਸ ਪਰਮਾਤਮਾ ਦਾ ਜਿਨ੍ਹਾਂ ਨੇ ਸਾਡੇ ਸਰਦਾਰ ਰਾਜਵੰਤ ਸਿੰਘ ਘੁੱਲੀ ਨੂੰ ਬੜੇ ਵੀਰ ਨੂੰ ਐਡੀ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਔਰ ਬਹੁਤ ਖੁਸ਼ੀ ਔਰ ਧੰਨਵਾਦ ਕਰਦੇ ਹਾਂ ਅਸੀਂ ਸਾਰਿਆਂ ਦਾ ਤੇ ਬਹੁਤ ਹੀ ਧੰਨਵਾਦ ਹੈ ਅਸੀਂ ਇਹਨਾਂ ਦੇ ਨਾਲ ਆਏਂਗੇ ਔਰ ਬਹੁਤ ਵਧੀਆ ਕੰਮ ਹੋਣਗੇ ਆਮ ਆਦਮੀ ਪਾਰਟੀ ਇਮਾਨਦਾਰ ਪਾਰਟੀ ਹੈ ਔਰ ਉਹਨਾਂ ਨੇ ਇਮਾਨਦਾਰ ਵਿਅਕਤੀ ਨੂੰ ਇਹ ਵੱਡੀ ਜ਼ਿੰਮੇਵਾਰੀ ਦਿੱਤੀ ਹੈ ਸੋ ਬਹੁਤ ਬਹੁਤ ਧੰਨਵਾਦ।